ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਅਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਡਾਈ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਤਸਵੀਰਾਂ ਦਿਖਾ ਰਹੇ ਹਾਂ। ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਪਹੁੰਚੇ ਨੇ ਅਤੇ ਉਹਨਾਂ ਦਾ ਸਵਾਗਤ ਅਨਾਜ ਮੰਡੀ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਦੀਪ ਮਿੱਤਲ ਤੋਂ ਇਲਾਵਾ ਤਰਸੇਮ ਸਿੰਘ ਤੂਰ ਅਤੇ ਭਵਾਨੀਗੜ੍ਹ ਦੀ ਆੜ੍ਹਤੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਡੀ ਸੀ ਸੰਗਰੂਰ ਦਾ ਬੁੱਕੇ ਦੇ ਕੇ ਸਵਾਗਤ ਕਰਦੇ ਨਜ਼ਰ ਆ ਰਹੇ ਨੇ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੰਗਰੂਰ ਦੀਆਂ ਵੱਖ ਵੱਖ ਅਨਾਜ ਮੰਡੀਆਂ ਦਾ ਦੌਰਾ ਕਰਨ ਉਚੇਚੇ ਤੌਰ 'ਤੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅੱਜ ਭਵਾਨੀਗੜ੍ਹ ਦੀ ਅਨਾਜ ਮੰਡੀ ਵਿਖੇ ਪਹੁੰਚੇ ਨੇ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਆੜ੍ਹਤੀਆਂ ਤੋਂ ਇਲਾਵਾ ਕਿਸਾਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਅਤੇ ਜੀਰੀ ਦੇ ਖਰੀਦ ਪ੍ਰਬੰਧਾਂ ਸੰਬੰਧੀ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ 16 ਤੋਂ 17% ਨਮੀ ਵਾਲੀ ਜਿਹੜੀ ਫਸਲ ਹੈ ਉਹ ਆਰਾਮ ਦੇ ਨਾਲ ਚੱਕੀ ਜਾਊਗੀ, ਪਰ ਜੇਕਰ ਜ਼ਿਆਦਾ ਨਮੀ ਵਾਲੀ ਜਿਹੜਾ ਝੋਨਾ ਹੈ ਉਹ ਆਉਂਦਾ ਤਾਂ ਦਿੱਕਤ ਵੀ ਆ ਸਕਦੀ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਨਮੀ ਵਾਲੀ ਫਸਲ ਨਾ ਲੈ ਕੇ ਆਓ, ਫਸਲ ਨੂੰ ਸੁਕਾ ਕੇ ਲਿਆਓ ਤਾਂ ਕਿ ਆਉਣ ਸਾਰ ਤੁਹਾਡੀ ਫਸਲ ਹੈ ਜਿਹੜੀ ਉਹ ਤੋੜੀ ਜਾ ਸਕੇ, ਉਹਨੂੰ ਸਾਫ਼ ਸਫਾਈ ਕਰਕੇ ਨਾਲ ਦੀ ਨਾਲ ਜੋਖੀ ਜਾਵੇ। ਉੱਥੇ ਹੀ ਅਨਾਜ ਮੰਡੀ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਦੀਪ ਮਿੱਤਲ ਨੇ ਜਿੱਥੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਜੀ ਆਇਆਂ ਕਿਹਾ, ਉੱਥੇ ਹੀ ਉਹਨਾਂ ਜਾਣਕਾਰੀ ਦਿੱਤੀ ਕਿ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਨੇ। ਜਿੰਨੀ ਕੁ ਫਸਲ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਪਹੁੰਚ ਰਹੀ ਹੈ ਉਹ ਨਾਲ ਦੀ ਨਾਲ ਸਾਫ਼ ਕਰਵਾ ਕੇ ਸੰਭਾਲੀ ਜਾ ਰਹੀ ਹੈ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਭਵਾਨੀਗੜ੍ਹ ਤੋਂ ਦਿਖਾ ਰਿਹਾ, ਤੁਹਾਨੂੰ ਲੈ ਚੱਲਦੇ ਹਾਂ, ਸੁਣਾਉਂਦੇ ਹਾਂ ਡਿਪਟੀ ਕਮਿਸ਼ਨਰ ਸੰਗਰੂਰ ਦਾ ਕੀ ਕਹਿਣਾ ਹੈ, ਅਜੋ ਤੁਸੀਂ ਵੀ ਸੁਣ ਲਓ। ਅੱਜ ਮੰਡੀ ਭਵਾਨੀਗੜ੍ਹ ਦੇ ਵਿੱਚ ਅਸੀਂ ਜਿਹੜੀ ਸਾਡੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਕੀਤੀ ਹੈ। ਸਾਡੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇੱਥੋਂ ਦੇ, ਸਾਡੇ ਲੇਬਰ ਐਸੋਸੀਏਸ਼ਨ ਦੇ ਪ੍ਰਧਾਨ, ਸਾਡੇ ਕਿਸਾਨ ਵੀਰ ਔਰ ਸਾਰਾ ਹੀ ਐਡਮਿਨਿਸਟ੍ਰੇਸ਼ਨ ਔਰ ਵੱਖ ਵੱਖ ਖਰੀਦ ਏਜੰਸੀਆਂ, DFSC ਸਾਹਿਬ ਸਾਰੇ ਅੱਜ ਇੱਥੇ ਅਸੀਂ ਆਏ ਹਾਂ ਔਰ ਬੜਾ ਸੋਹਣਾ ਪ੍ਰਬੰਧ ਹੈ ਮਾਰਕ ਕਮੇਟੀ ਵੱਲੋਂ ਕੀਤੇ ਹੋਏ ਨੇ ਔਰ ਅਸੀਂ ਲੋਕ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜਾ ਝੋਨਾ ਹੈ ਆਪਣਾ ਉਹ ਸੁੱਕਾ ਲੈ ਕੇ ਆਉਣ ਤਾਂ ਕਿ ਇਹਨਾਂ ਨੂੰ ਮੰਡੀ ਦੇ ਵਿੱਚ ਕੋਈ ਖੱਜਲ ਖੁਆਰੀ ਨਾ ਹੋ ਸਕੇ, ਕਿਉਂਕਿ ਅਸੀਂ ਐਰਕੀ ਮਾਰਕ ਕਮੇਟੀ ਨੂੰ ਇੰਸਟਰਕਸ਼ਨ ਦਿੱਤੀਆਂ ਨੇ ਕਿ ਜਿਹੜੀ ਜਦੋਂ ਵੀ ਜੀਰੀ ਆਉਂਦੀ ਆ ਤਾਂ ਮੰਡੀ ਦੇ ਗੇਟ ਦੇ ਉੱਤੇ ਉਹਦੇ ਵਿੱਚ ਮੋਇਸਚਰ ਜ਼ਰੂਰ ਚੈੱਕ ਕਰ ਲਿਆ ਜਾਵੇ, ਕਿਉਂਕਿ ਇਸ ਵਾਰ ਜਿਹੜੀ ਜੀਰੀ ਦੀ ਫਸਲ ਬਹੁਤ ਬੰਪਰ ਹੋਈ ਆ ਔਰ ਸਾਨੂੰ ਲੱਗਦਾ ਹੈ ਕਿ ਜਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਫੜ ਫੇਲ ਹੋ ਜਾਣਗੇ ਇੱਥੇ ਔਰ ਇੱਥੇ ਸੁਕਾਉਣ ਦੀ ਜਿਹੜੀ ਉਹ ਪ੍ਰੋਵੀਜ਼ਨ ਨਹੀਂ ਹੋਏਗੀ। ਸੋ ਇਸ ਕਰਕੇ ਆਪਣੇ ਖੇਤਾਂ ਵਿੱਚੋਂ ਹੀ ਜਦੋਂ ਕਟਾਈ ਕਰਨੀ ਹੈ ਉਸ ਵੇਲੇ ਸੁੱਕਾ ਝੋਨਾ ਕਟਾ ਕੇ ਲੈ ਕੇ ਆਉਣ ਤਾਂ ਕਿ ਆਹ ਹੁਣ ਆਪਾਂ ਜਿਹੜੀ ਢੇਰੀ ਖਰੀਦੀ ਜਿਹੜੀ ਏਜੰਸੀ ਨੇ ਮਾਰਫਟ ਨੇ ਉਹ ਕਿਸਾਨ ਸਾਡੇ ਨਾਲ ਖਲੋਤੇ ਨੇ 16% ਨਵੀਂ ਸੀ। ਸੋ ਕਿੰਨਾ ਵਧੀਆ ਲੱਗਦਾ ਜਦੋਂ ਕਿਸਾਨ 16% ਨਵੀਂ ਵਾਲੀ 17% ਨਵੀਂ ਵਾਲੀ ਜਿਹੜੀ ਫਸਲ ਲੈ ਕੇ ਆਉਂਦਾ ਔਰ ਮਿੰਟੋ ਮਿੰਟੀ ਉਹਦੀ ਜਿਹੜੀ ਬੋਲੀ ਹੁੰਦੀ ਹੈ ਔਰ ਉਸ ਵੇਲੇ ਰਾਈਸ ਮਿਲਰ ਨੇ ਜਿਹੜੇ ਸਟੋਰੇਜ ਕਿੱਥੇ ਕਰੋਗੇ ਜੀ ਇਹਨੂੰ, ਮਤਲਬ ਜਿਹੜੀ ਪੈੜੀ ਹੈ ਜੀ? ਦੇਖੋ ਸਾਡੇ ਕੋਲ ਪਰਸੋਂ ਤੱਕ ਜਿਹੜੇ ਸੀ ਸਾਡੇ 100 ਸ਼ੈਲਰ ਮਾਲਕਾਂ ਨੇ ਸਾਡੇ ਕੋਲ ਅਲੋਟਮੈਂਟ ਜਿਹੜੀ ਆ ਉਹਨਾਂ ਦੀ ਹੋ ਚੁੱਕੀ ਹੈ ਤਕਰੀਬਨ 98 ਦੇ ਲਕਸ਼ ਅੱਗੇ। ਸੋ ਸ਼ੈਲਰ ਮਾਲਕ ਡੇਲੀ ਹੀ ਸਾਡੇ ਜਿਹੜੇ ਕਿਸਾਨ ਆਪਣੇ ਅਲੋਟਮੈਂਟ ਜਿਹੜੀ ਉਹ ਕਰਵਾ ਰਹੇ ਨੇ ਔਰ FCI ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਬਿਲਕੁਲ ਜਿਹੜੀ ਕਿਸਾਨਾਂ ਨੂੰ ਔਰ ਆੜ੍ਹਤੀਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਇੰਸ਼ੋਰੈਂਸ ਦਿੱਤੀ ਗਈ ਹੈ
ਕਿ ਜਿਹੜੀ ਐਫ ਸੀ ਆਈ ਹੈ ਉਹ ਮੂਵਮੈਂਟ ਕਰ ਰਹੀ ਹੈ, ਉਹ ਸਪੈਸ਼ਲ ਜਿਹੜੀਆਂ ਹੋਰ ਬਦਲਣਗੀਆਂ ਔਰ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਸਾਡੀ ਸਪੇਸ ਹੈ ਉਹ ਕ੍ਰੀਏਟ ਹੋਏਗੀ। 31 ਅਕਤੂਬਰ ਤੱਕ ਸਰਕਾਰ ਨੇ 15 ਲੱਖ ਮੀਟਰ ਟਨ ਸਪੇਸ ਜਿਹੜੀ ਉਹ ਪੂਰੇ ਪੰਜਾਬ 'ਚ ਕ੍ਰੀਏਟ ਕਰਨੀ ਹੈ, ਔਰ 31 ਦਸੰਬਰ ਤੱਕ ਜਿਹੜੀ ਹੈ ਉਹ ਤਕਰੀਬਨ ਆਪਣਾ 90 ਲੱਖ ਮੀਟਰ ਟਨ ਜਿਹੜੀ ਉਹ ਸਪੇਸ ਕ੍ਰੀਏਟ ਹੋਏਗੀ। ਕੇਂਦਰ ਸਰਕਾਰ ਦੇ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਵੀ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਔਰ ਇਹਦੇ ਵਿੱਚ ਐਫ ਸੀ ਆਈ ਵੱਲੋਂ ਔਰ ਫੂਡ ਡਿਪਾਰਟਮੈਂਟ ਜਿਹੜਾ ਗਵਰਨਮੈਂਟ ਆਫ ਇੰਡੀਆ ਉਹਦੇ ਵੱਲੋਂ ਅਸ਼ੋਰੈਂਸ ਦਿੱਤੀ ਗਈ ਹੈ ਕਿ ਇਹਦੀ ਮੂਵਮੈਂਟ ਜਿਹੜੀ ਆ ਉਹ ਛੇਤੀ ਛੇਤੀ ਕਰਕੇ ਸਪੇਸ ਜਿਹੜੀ ਹੈ ਨਾਲ ਕ੍ਰੀਏਟ ਹੋ ਜਾਏਗੀ। ਸਰ ਜਿਹੜੀ ਅਦਾਇਗੀ ਦੀ ਕਿੰਨੇ ਚਿਰ ਬਾਅਦ ਹੋਈ? ਦੇਖੋ 48 ਆਵਰਸ ਦੇ ਵਿੱਚ ਜਿਹੜੀ ਸਾਡੀ ਪ੍ਰੋਵੀਜ਼ਨ ਹੈਗੀ ਹੈ 24 ਘੰਟੇ ਕਿਸਾਨ ਜਦੋਂ ਮੰਡੀ 'ਚ ਆਉਂਦਾ ਹੈ ਉਹਦੀ ਫਸਲ ਆਉਂਦੀ ਹੈ 24 ਘੰਟਿਆਂ 'ਚ ਉਹਦੀ ਫਸਲ ਦੀ ਪਰਚੇਜ਼ ਹੋਏਗੀ, 48 ਆਵਰਸ ਦੇ ਵਿੱਚ ਉਹਦੀ ਅਦਾਇਗੀ ਹੋਏਗੀ, ਔਰ 72 ਆਵਰ ਦੇ ਵਿੱਚ ਲਿਫਟਿੰਗ ਦੀ ਪ੍ਰੋਵੀਜ਼ਨ ਹੈਗੀ। ਸਰ ਮਾਰਕੀਟ ਗਊਸ਼ਾਲਾ ਜ਼ਮੀਨ ਜਿਹੜੀ ਕਿਸੇ ਥੱਲੇ ਨਹੀਂ ਹੋਣੀ ਚਾਹੀਦੀ ਇਸ ਪੰਚਾਇਤ ਤੋਂ, ਪਰ ਆਪਾਂ ਅੱਜ ਆਏ ਹਾਂ ਸਾਰੇ ਖਰੀਦ ਜਿਹੜੀ ਆ ਉਹਨੂੰ ਸ਼ੁਰੂ ਕਰਾਉਣ, ਅਤੇ ਅੱਜ ਖਰੀਦ ਵਧੀਆ ਸ਼ੁਰੂ ਹੋ ਗਈ ਆ, ਸੋ ਆਪਾਂ ਆਸ ਕਰਦੇ ਹਾਂ ਕਿ ਸੀਜ਼ਨ ਵਧੀਆ ਜਾਊਗਾ। ਸਰ ਜੇ ਓਵਰ ਮੋਇਸਚਰ ਕੋਈ ਆਉਂਦਾ ਹੈਗਾ, ਮਤਲਬ ਜ਼ਿਆਦਾਤਰ ਮਤਲਬ ਸ਼ੈਲਰਾਂ ਦੀ ਇਹ ਵੀ ਕਹੋ ਹੈ ਵੀ ਓਵਰ ਮੋਇਸਚਰ ਆ ਰਿਹਾ ਹੈਗਾ, ਇਹਦੇ ਵਿੱਚੋਂ ਆ ਰਿਹਾ? ਅਸੀਂ ਆੜ੍ਹਤੀ ਇਹ ਵੀਰ ਜਿਹੜੇ ਸਾਡੇ ਉਹਨਾਂ ਦੇ ਥਰੂ ਵੀ ਅਸੀਂ ਪੰਚ ਜਿਹੜਾ ਮੈਸੇਜ ਦੇ ਰਹੇ ਹਾਂ, ਪਲੱਸ ਅਸੀਂ ਡੇਲੀ ਮੀਡੀਆ ਰਾਹੀਂ ਜਿਹੜਾ ਹੈ ਮੈਂ ਪਿੰਡਾਂ 'ਚ ਜਾ ਰਿਹਾ, SSP ਸਾਹਿਬ ਨਾਲ ਜਾ ਰਿਹਾ ਸੀ, ਅਸੀਂ ਸਾਰੇ ਉਸ ਵੇਲੇ ਇਹ ਵੀ ਮੈਸੇਜ ਦੇ ਰਹੇ ਹਾਂ ਕਿ ਜਿਹੜੀ ਮੋਇਸਚਰ ਜਿਹੜਾ 17% ਤੋਂ ਘੱਟ ਜਿਹੜਾ ਹੈ ਉਹ ਲੈ ਕੇ ਆਉਣ, ਤਾਂ ਕਿ ਕਿਸੇ ਵੀ ਕਿਸਾਨ ਨੂੰ ਮੰਡੀ 'ਚ ਖੱਜਲ ਖੁਆਰ ਨਾ ਹੋ ਸਕੇ, ਉਹ ਅਸੀਂ ਉਹਨਾਂ ਦੀ 24 ਘੰਟੇ। ਸਰ ਨੈਸ਼ਨਲ ਹਾਈਵੇ 'ਤੇ ਲਾਈਟਾਂ ਨਹੀਂ ਚੱਲਦੀਆਂ, ਤਕਰੀਬਨ 2.5-3 ਸਾਲ ਹੋ ਗਏ ਸਰਕਾਰ ਬਣੀ ਨੂੰ ਵੀ, ਅਸੀਂ ਦੇਖ ਰਹੇ ਹਾਂ MLA ਸਾਹਿਬ ਨੂੰ ਵੀ ਕੀ ਵਰਗਾ, ਪਰ ਉਹ ਕਹਿੰਦੇ ਵੀ DC ਸਾਹਿਬ ਨੂੰ ਕਹਾਂਗੇ ਅਤੇ ਤੁਸੀਂ ਅੱਜ ਆਏ ਹੋ, ਅਸੀਂ ਤੁਹਾਡਾ ਫਰਜ਼ ਮਾਰ ਲਈ ਦੇ ਪ੍ਰੋਜੈਕਟ ਡਾਇਰੈਕਟਰ ਨਾਲ ਤਾਲਮੇਲ ਕਰ ਲਾਂਗਾ, ਇਨਸ਼ੋਰ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਉਹਨੂੰ ਠੀਕ ਕਰਾਂਗੇ। ਉਹਨਾਂ ਦਾ ਵੀ ਸਹੀ ਕੀ? ਪ੍ਰਦੀਪ ਮਿੱਤਲ, ਪ੍ਰਧਾਨ ਅਨਾਜ ਮੰਡੀ ਭਾਨੀਗੜ੍ਹ। ਸਰ ਅੱਜ DC ਸਾਹਿਬ ਮੀਟਿੰਗ ਪਰਚੇ ਚਾਲੂ ਕਰਕੇ ਕਹਿੰਦੇ ਕੀ ਕਹੋਗੇ? ਦੇਖੋ ਅੱਜ DC ਸਾਹਿਬ ਅਤੇ ਸਮੁੱਚਾ ਸਾਡਾ ਪ੍ਰਸ਼ਾਸਨ, SDM ਸਾਹਿਬ ਭਾਨੀਗੜ੍ਹ ਅਤੇ ਸਾਡੀਆਂ ਜੋ ਸੰਬੰਧਿਤ ਏਜੰਸੀਆਂ ਨੇ ਉਹ ਸਾਰੀਆਂ ਅੱਜ ਮੰਡੀ 'ਚ ਆਈਆਂ ਤੀਆਂ, ਅਤੇ ਪ੍ਰੋਕਿਓਰਮੈਂਟ ਦੀ ਆ ਜੋ ਅੱਜ ਬੋਲੀ ਦਾ ਸਾਡਾ ਸ਼ੁਰੂਆਤ ਸਰਕਾਰੀ ਬੋਲੀ ਦੀ ਉਹ ਕਰਵਾ ਕੇ ਗਏ ਨੇ DC ਸਾਹਿਬ ਜੀ। ਸਰ ਅਸੀਂ ਗੱਲ ਕਰੀਏ, ਉਹਨਾਂ ਨੇ ਜਦੋਂ ਬੋਲੀ ਚਾਲੂ ਕਰਾਈ ਤਾਂ ਇੱਕ ਕਿਸਾਨ ਨਾਲ ਗੱਲ ਕਰਦੇ ਨਜ਼ਰ ਆਏ, ਕੀ ਕਿਹਾ ਉਹਨਾਂ ਨੇ? ਬਿਲਕੁਲ ਦੇਖੋ ਜੀ, ਉਹਨਾਂ ਨੇ DC ਸਾਹਿਬ ਨੇ ਆਏ ਅੱਜ ਬੋਲੀ ਕਰਵਾਈ ਅਤੇ ਕਿਸਾਨਾਂ ਨੂੰ ਪੁੱਛਿਆ ਗਿਆ ਵੀ ਕੋਈ ਪ੍ਰੋਬਲਮ ਤਾਂ ਨਹੀਂ, ਆੜ੍ਹਤੀਆਂ ਨੂੰ ਪੁੱਛਿਆ ਗਿਆ, ਲੇਬਰ ਵਾਲਿਆਂ ਨੂੰ ਪੁੱਛਿਆ ਗਿਆ, ਸਾਨੂੰ ਸਮੁੱਚੀ ਸਾਡੀ ਐਸੋਸੀਏਸ਼ਨ ਹਾਜ਼ਰ ਸੀ, ਸਾਰੀ ਮੰਡੀ ਦੇ ਆੜ੍ਹਤੀ ਸਾਹਿਬਾਨ ਹਾਜ਼ਰ ਸਨ, ਉਹਨਾਂ ਨੂੰ ਇਹੀ ਪੁੱਛਿਆ ਗਿਆ ਵੀ ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਡਾਇਰੈਕਟ ਮੇਰੇ ਨਾਲ ਗੱਲ ਕਰੋ, ਕੋਈ ਦਿੱਕਤ ਨਹੀਂ, ਮੈਂ ਸੋਲਵ ਕਰੂੰਗਾ ਪਹਿਲ ਦੇ ਆਧਾਰ 'ਤੇ। ਜਿਹੜੀ ਸਟ੍ਰਾਈਕ ਵਗੈਰਾ ਚੱਲ ਰਹੀਆਂ ਸੀ ਉਹ ਖਤਮ ਹੋ ਚੁੱਕੀਆਂ? ਦੇਖੋ ਸਟ੍ਰਾਈਕ ਆੜ੍ਹਤੀਆਂ ਦੀ ਵੀ ਖਤਮ ਹੋ ਚੁੱਕੀ ਆ, ਅਤੇ ਰਾਈਸ ਮਿਲਰਸ ਦੀ ਵੀ ਲਗਭਗ ਖਤਮ ਹੋ ਚੁੱਕੀ ਹੈ, ਅਤੇ ਲੇਬਰ ਦਾ ਮਸਲਾ ਮੈਨੂੰ ਲੱਗਦਾ ਅੱਜ ਸੋਲਵ ਹੋ ਜੂਗਾ, ਲੇਕਿਨ ਲੇਬਰ ਕੰਮ ਕਰ ਰਹੀ ਹੈ ਸਰ। ਅਗਰ ਗੱਲ ਕਰੀਏ ਤਾਂ ਫਿਰ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜੀ ਕਿਸਾਨਾਂ ਨੂੰ ਆੜ੍ਹਤੀਆਂ ਮੁਸ਼ਕਲਾਂ ਆ ਰਹੀਆਂ ਸੀ। ਦੇਖੋ ਜੀ, ਬਹੁਤ ਵੱਡੀ ਗੱਲ ਹੈ, ਅਸੀਂ 6 ਮਹੀਨਿਆਂ ਤੋਂ ਇਸ ਸੀਜ਼ਨ ਦੀ ਵੇਟ ਕਰਦੇ ਹਾਂ, ਸਾਡੇ ਜੀਰੀ ਦਾ ਸੀਜ਼ਨ ਮੇਨ ਸੀਜ਼ਨ ਹੁੰਦਾ, ਅਤੇ ਕਿਸਾਨਾਂ ਦੇ ਲਈ, ਸਾਡੇ ਲਈ, ਸਾਡੀ ਲੇਬਰ ਲਈ ਬੜੀ ਆਸਾਂ ਦੇ ਦਿਨ ਹੁੰਦੇ ਨੇ ਇਹ, ਅੱਜ ਇਹਦੀ ਸ਼ੁਰੂਆਤ ਹੋਈ ਹੈ, ਨੈਚੁਰਲੀ ਖੁਸ਼ੀ ਤਾਂ ਸਾਨੂੰ ਹੋਣੀ ਹੈ। ਥੈਂਕ ਯੂ। ਨਾਮ ਹੈ ਜੀ? ਕਿਹੜਾ ਪਿੰਡ ਹੈ ਜੀ? ਅੱਜ DC ਸਾਹਿਬ ਆਏ ਨੇ, ਮੰਡੀ ਤੁਹਾਡੀ ਖਰੀਦ ਚਾਲੂ ਹੋਈ ਔਰ ਤੁਹਾਡਾ ਮੂੰਹ ਵੀ ਮਿੱਠਾ ਕਰਿਆ, ਕੀ ਕੰਮ ਹੋਗੇ? DC ਸਾਹਿਬ ਦਾ ਧੰਨਵਾਦ ਕਰਦਾ ਜੀ, ਕਿਹਨੇ ਜੀਰੀ ਲਾਈ ਹੈ ਮੇਰੀ। ਪੰਜਾਬ ਸਰਕਾਰ ਵੱਲੋਂ ਉਪਰਾਲਾ ਕਰਿਆ ਵੀ ਮੰਡੀ 'ਚ ਬਹੁਤ ਜਲਦੀ ਫਸਲ ਚੱਕੀ ਜਾਵੇ, ਇਹਦੇ ਬਾਰੇ ਕਿਵੇਂ ਦੇਖ ਰਹੇ? ਚੱਕੀ ਜਾਵੇ ਜੀ, ਖੱਬਰ ਖਾਰ ਨਾ ਹੋਵੇ, ਕੋਈ ਸੁੱਕਾ ਝੋਨਾ ਲੈ ਕੇ ਆਵੇ ਕੋਈ। ਠੀਕ ਹੈ ਜੀ ਬਾਪੂ ਜੀ, ਪਰਾਲੀ ਦੀ ਪਰੇਸ਼ਾਨੀ ਆਈ ਹੁਣ ਤੱਕ ਹੈ ਜੀ? ਤੁਹਾਨੂੰ ਤਾਂ ਨਹੀਂ ਕੋਈ ਪਰੇਸ਼ਾਨੀ? ਨਾ ਜੀ ਕੋਈ। ਤਾਂ ਪਰਾਲੀ ਪ੍ਰਬੰਧਾਂ ਤੋਂ ਹੈ ਜੀ? ਤਾਂ ਖੁਸ਼ ਹੋ ਪ੍ਰਬੰਧਾਂ ਤੋਂ? ਹਾਂ ਜੀ ਹਾਂ। ਪਰਾਲੀ ਦੇ ਫੂਕਣ ਵਾਲੀ? ਪਰਾਲੀ ਤਾਂ ਜੀ ਇਕੱਠਾ ਕਰਨਗੇ ਜੀ, ਕਰਜ਼ਾ ਵਾਲਿਆਂ ਨੂੰ ਕਹਿਤਾ ਜੀ, ਵੱਡੇ ਹੋਏ ਕਰਜ਼ੇ। ਠੀਕ ਹੈ।